ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਅਕਤੂਬਰ ਮਹੀਨੇ ਵਿੱਚ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਕਿਸਾਨਾਂ ਨੇ ਆਪਣੀ ਫਸਲਾਂ ਨੂੰ ਸੂਬੇ ਭਰ ਦੀਆਂ ਮੰਡੀਆਂ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਸਾਡੇ ਚੈਨਲ ਦੀ ਟੀਮ ਵੱਲੋਂ ਝੋਨੇ ਦੀ ਖਰੀਦ ਦੇ ਸਬੰਧ ਵਿੱਚ ਮੋਗਾ ਤੇ ਕਪੂਰਥਲਾ ਜ਼ਿਲ੍ਹੇ ਦੀਆਂ ਮੰਡੀਆਂ ਦਾ ਜਾਇਜ਼ਾ ਲਿਆ ਗਿਆ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਸੰਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਜਦੋਂ ਸਾਡੀ ਟੀਮ ਵੱਲੋਂ ਮੋਗਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਇਸ ਵਾਰ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪ੍ਰਸ਼ਾਸਨ ਵੱਲੋਂ ਠੋਸ ਪ੍ਰਬੰਧ ਕੀਤੇ ਗਏ ਨੇ ਝੋਨੇ ਦੀ ਖਰੀਦ ਦੀ ਸ਼ੁਰੂਆਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਇਸ ਮੌਕੇ ਜ਼ਿਲ੍ਹਾ ਫੂਡ ਸਪਲਾਈਸ ਕੰਟਰੋਲ ਬਲਜਿੰਦਰ ਸਿੰਘ ਖਰੀਦ ਏਜੰਸੀ ਦੇ ਜ਼ਿਲ੍ਹਾ ਮੈਨੇਜਰ ਤੇ ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ ਤੋਂ ਇਲਾਵਾ ਕਈ ਕਿਸਾਨ ਆਗੂ ਹਾਜ਼ਰ ਸਨ पत्रकारों नाल गलबात करदे साबका सिख्या मंत्री तोता सिंह ने कहा कि किसानों नू किसी भी तरह की मुश्किल नहीं आउण दित्ती जाएगी अज पहली अक्तूबर तो पंजाब सरकार ने खरीद शुरू की है अगे हमेशा ये 10 अक्तूबर तो खरीद शुरू होने लगी कांगराज असी पहली अक्तूबर तो शुरू की हालांकि झोना सारा लोगों ने 10 जून तो बाद बीजना शुरू किया किसानों लई सारे साडे परचेज सेंटर 92 तो उपर आ मोगे जिले वड्डी गिणती है इको एक मुश्किल अजकल आँदी है क्योंकि मशीनरी बहुत ज़्यादा होगी एक समा सी जदों झोना ही 45 दिन कटते होंगे सी हुण ये झोना सारा 15 दिन कट्टिया जाना कणक भी जिहड़ी अगे असी 35 दिन कटते होंगे कटाई दे होंगे ही कंबाइना दे हुण ऐसा है पिछली बारी 10 दिन सारी कटाई होगी सी कणक दी एकदम प्रैशर पैंदा मंडियां दे उत्ते क्योंकि कोई किसान भी जदों कटाई करदा खेत दे विच वो कदे घरे नहीं लैके जांदा फसल वो सीधा मंडी च लैके आउंदा फिर जिहड़े प्राइवेट खरीददे आ उहनां नाल बड़ा रौला पैंदा रहिंदा इसलिए बड़ा औखी हो जाती है जी बोनस देना तो हम पहले अनाउंस करना चाहिए सी उन्होंने हम कर देना चाहिए एक हफ्ते के ताकि जे किसी ने प्राइवेट खरीद कर ली उन्हें पता लगे कि बोनस दिता जाना तो बोनस में जोड़ के वह भाव किसानों मिल सके डीएफसीएस बलजिंदर सिंह ने दसा कि सरकार वालों झोने की खरीद लिए स्टाफ की वंड करने तो इलावा मोगा जिले में 100 खरीद केंद्र खोले गए हैं मोगा जिले दे विच सरकार वालों 100 खरीद केंद्र खोले जाने हैं तो वर्गे वर्गे बस सीजन 2010-11 ਲਈ लगभग 12 टन ग्रेड ए पैडी ਆਉਣ ਦੀ ਸੰਭਾਵਨਾ ਹੈ ਜੋ ਕਿ ਕਿਸਾਨਾਂ ਨੇ ਖਰੀਦ ਪ੍ਰਬੰਧ ਦੇ ਸੰਬੰਧ ਵਿੱਚ ਜਾਣਕਾਰੀ ਦੇਣ ਦੀ ਖੁਸ਼ੀ ਜ਼ਾਹਿਰ ਕੀਤੀ ਸਰਕਾਰ ਨੇ ਖਰੀਦ ਪ੍ਰਬੰਧ ਕੀਤੇ ਹੈ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਬਾਰੇ ਕਹਿੰਦੇ ਹਾਂ ਜੀ ਜ਼ਿਮੀਦਾਰ ਝੋਨਾ ਚੰਗਾ ਲਿਆਉਣ ਤੇ ਚੰਗਾ ਝੋਨਾ ਵੇਚਦਾ ਰਹੇ ਤੇ ਮੰਡੀ ਦੇ ਵਿੱਚ ਰਸ਼ ਨਾ ਪਵੇ ਤੇ ਜੋ ਖਰੀਦ ਪੰਜਾਬ ਸਰਕਾਰ ਨੇ ਅੱਜ ਤੋਂ ਪਹਿਲੀ ਤਰੀਕ ਤੋਂ ਸ਼ੁਰੂ ਕਰ ਦਿੱਤੀ ਹੈ ਤੇ ਬਹੁਤ ਮਿਹਰਬਾਨੀ ਹੈ ਗਵਰਨਮੈਂਟ ਦੀ ਉਧਰ ਹੀ ਕਪੂਰਥਲਾ ਦੀਆਂ ਅਨਾਜ ਮੰਡੀਆਂ ਵਿੱਚ ਵੀ ਝੋਨੇ ਦੀ ਖਰੀਦ ਦੇ ਸਬੰਧ ਵਿੱਚ ਮੰਡੀ ਬੋਰਡ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ